ਤੁਸੀਂ ਚੱਕਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਦੇ ਸੂਬਾ ਪ੍ਰਧਾਨ ਪੰਜਾਬ ਦੇ ਵਿੱਚ ਇੱਕ ਵੱਡੀ ਮੁਸੀਬਤ ਦੇ ਵਿੱਚ ਫਸਦੇ ਹੋਏ ਨਜ਼ਰ ਆ ਰਹੇ ਨੇ ਦਰਅਸਲ ਇਹ ਮੁਸੀਬਤ ਕਿਸੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉੱਤੇ ਥੋਪੀ ਨਹੀਂ ਹੈ ਸਗੋਂ ਉਹਨਾਂ ਨੇ ਮੁਸੀਬਤ ਆਪਣੇ ਆਪ ਮੁੱਲ ਲੈ ਲਈ ਹੈ ਉੱਪਰੋਂ 2024 ਦੀਆਂ ਲੋਕ ਸਭਾ ਚੋਣਾਂ ਨੇ ਉਸ ਤੋਂ ਠੀਕ ਪਹਿਲਾਂ ਰਾਜਾ ਵੜਿੰਗ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਦਰਅਸਲ ਕਮਲਨਾਥ ਨੂੰ ਲੈ ਕੇ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਜਾਰੀ ਕੀਤਾ ਗਿਆ ਹੈ ਇੰਡੀਅਨ ਨੈਸ਼ਨਲ ਕਾਂਗਰਸ ਪੰਜਾਬ ਦੇ ਸੋਸ਼ਲ ਮੀਡੀਆ ਹੈਂਡਲ 'ਤੇ ਵੀ ਇਹ ਜਾਣਕਾਰੀ ਉਪਲਬਧ ਹੈ ਜੋ ਤੁਹਾਨੂੰ ਅਸੀਂ ਸਕਰੀਨ 'ਤੇ ਵੀ ਦਿਖਾ ਰਹੇ ਹਾਂ ਦਰਅਸਲ ਕਮਲਨਾਥ ਨੂੰ ਲੈ ਕੇ ਇੱਕ ਵੱਡਾ ਬਿਆਨ ਜਾਰੀ ਕੀਤਾ ਗਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਨੇ ਨਹੀਂ ਦੇਖਿਆ ਕਦੇ ਕਮਲਨਾਥ ਨੂੰ ਸਿੱਖਾਂ 'ਤੇ ਅਤਿਆਚਾਰ ਕਰਦੇ ਨਾ ਹੀ ਕਿਸੇ ਨੇ ਆ ਕੇ ਉਹਨਾਂ ਨੂੰ ਕਿਹਾ ਹੈ ਕਿ ਉਹਨਾਂ ਉੱਪਰ ਕਮਲਨਾਥ ਨੇ ਅਤਿਆਚਾਰ ਕੀਤਾ ਹੈ ਨਾ ਹੀ ਕਿਸੇ ਕੋਰਟ ਨੇ ਕਮਲਨਾਥ ਨੂੰ ਸਜ਼ਾ ਦਿੱਤੀ ਹੈ ਹੁਣ ਇਸ ਵਿੱਚ ਕੀ ਗਲਤ ਹੈ ਨਾ ਹੀ ਰਾਜਾ ਵੜਿੰਗ ਕਦੇ ਇਸ ਦੇ ਚਸ਼ਮਦੀਦ ਗਵਾਹ ਸੀ ਜੋ ਹੁਣ ਮੁੱਕਰ ਗਏ ਜਿੱਥੋਂ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੈ ਉਹ ਤਾਂ ਸਭ ਜਾਣੀ ਜਾਣ ਹਨ ਉਹਨਾਂ ਤਾਂ ਕਿਸੇ ਦੇ ਕਹਿਣ 'ਤੇ ਸਜ਼ਾ ਜਾਂ ਮੁਆਫ਼ੀ ਨਹੀਂ ਦਿੰਦੇ ਇਸ ਲਈ ਜੋ ਕਰੇਗਾ ਉਹ ਭਰੇਗਾ ਸਮਝ ਨਹੀਂ ਆ ਰਹੀ ਕਿ ਫਿਰ ਇਹ ਸਭ ਰੌਲੇ ਦਾ ਕੀ ਫਾਇਦਾ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਕਹਿ ਸਕਦੇ ਹਾਂ ਕਿ ਜੋ ਇੱਕ ਬਿਆਨ ਦਿੱਤਾ ਗਿਆ ਉਸ 'ਤੇ ਸੋਸ਼ਲ ਮੀਡੀਆ ਦੇ ਉੱਤੇ ਕਾਂਗਰਸ ਦੇ ਵੱਲੋਂ ਇਹ ਲਾਈਨਾਂ ਲਿਖੀਆਂ ਗਈਆਂ ਅਤੇ ਹੁਣ ਸਵਾਲ ਜਦੋਂ ਅਕਾਲੀ ਦਲ ਨੂੰ ਹੋਇਆ ਤਾਂ ਵਿਕਰਮ ਮਜੀਠੀਆ ਨੇ ਕਿਹਾ ਕਿ ਕਿਹੜਾ ਅਮਰਿੰਦਰ ਸਿੰਘ ਰਾਜਾ ਵੜਿੰਗ ਹੈ ਵੜਿੰਗ ਆਖਿਰ ਕੌਣ ਹੁੰਦਾ ਹੈ ਕਮਲਨਾਥ ਨੂੰ ਜਾਂ ਫਿਰ 1984 ਕਤਲੇਆਮ ਦੇ ਵਿੱਚ ਜਿਸਦੇ ਵਿੱਚ ਗਵਾਹ ਖੁਦ ਕਹਿ ਰਹੇ ਨੇ ਪੀੜਿਤ ਖੁਦ ਕਹਿ ਰਹੇ ਨੇ ਕਿ ਕਮਲਨਾਥ ਨੂੰ ਉਹਨਾਂ ਨੇ ਦੇਖਿਆ ਸੀਗਾ ਕਮਲਨਾਥ ਦੀ ਇਨਵੋਲਵਮੈਂਟ ਹੈ ਭਾਵੇਂ ਕੋਰਟ ਨੇ ਹੁਣ ਤੱਕ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਪਰ ਕਮਲਨਾਥ ਦੀ ਇਨਵੋਲਵਮੈਂਟ ਨੂੰ ਲੈ ਕੇ ਜਦੋਂ ਪੀੜਿਤ ਕਹਿ ਰਹੇ ਨੇ ਤਾਂ ਫਿਰ ਇਸ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਕਲੀਨ ਚਿੱਟ ਦੇਣ ਵਾਲਾ ਕੌਣ ਹੁੰਦਾ ਹੈ ਨਾਲੇ ਉਹਨਾਂ ਨੇ ਕਿਹਾ ਉਹੀ ਰਾਜਾ ਵੜਿੰਗ ਹੈ ਜਿਸਨੇ ਇੰਦਰਾ ਗਾਂਧੀ ਨੂੰ ਆਪਣੀ ਮਾਂ ਦੱਸਿਆ ਸੀਗਾ ਕੀ ਕੁਛ ਕਿਹਾ ਵਿਕਰਮ ਮਜੀਠੀਆ ਨੇ ਦੇਖੋ ਯਾਰ ਜਿਹੜਾ ਬੰਦਾ ਇੰਦਰਾ ਗਾਂਧੀ ਨੂੰ ਆਪਦੀ ਮਾਂ ਦੱਸ ਸਕਦਾ ਉਹ ਤੋਂ ਕਾਹਦਾ ਉਹਦੇ ਬਾਰੇ ਫਿਕਰ ਕਰ ਅਫਸੋਸ ਹੈ ਮਗਰ ਕਿ 84 ਦੇ ਜੈਨੋਸਾਈਡ ਲਈ ਜਿਹੜੇ ਪੀੜਿਤ ਸਨ ਨਾ ਜੀ ਉਹਨਾਂ ਨੇ ਕਮਲਨਾਥ ਦਾ ਨਾਂ ਲਿਆ ਐਂਡ ਹੂ ਇਜ਼ ਰਾਜਾ ਵੜਿੰਗ ਟੂ ਗਿਵ ਕਮਲਨਾਥ ਜਗਦੀਸ਼ ਟਾਈਟਲਰ ਐਚ ਕੇ ਐਲ ਭਗਤ ਸੱਜਣ ਕੁਮਾਰ ਕਲੀਨ ਚਿੱਟ ਮਤਲਬ ਇਸ ਕਿਸਮ ਦੀ ਪੋਲੀਟਿਕਸ ਡਿੱਗ ਜਾਣੀ ਸਿਰ 'ਤੇ ਜਿਹੜੀ ਪੱਗ ਰੱਖਦੇ ਉਸ ਪੱਗ ਦੀ ਲਾਜ ਵੀ ਰੱਖੋ ਨਾ ਫਿਰ ਇਕੱਲੀ ਇਹ ਫਾਰਮੈਲਿਟੀ ਨਹੀਂ ਹੈ ਕਿ ਮੈਂ ਮੁੱਖ ਮੰਤਰੀ ਬਣਨਾ ਅਤੇ ਅੱਜ ਮੈਂ ਇਹ ਕੋਈ ਹੈੱਡ ਗੇਅਰ ਨਹੀਂ ਹੈ ਇਹ ਤੁਹਾਡੇ ਲਈ ਤੁਸੀਂ ਇਹਨੂੰ ਰਾਜਾ ਵੜਿੰਗ ਸਾਹਿਬ ਇਹਨੂੰ ਸ਼ਾਇਦ ਟੋਪੀ ਦੇ ਰੂਪ 'ਚ ਵੇਖਦੇ ਹੋਵੋਗੇ ਕਿਉਂਕਿ ਤੁਹਾਨੂੰ ਸ਼ਾਇਦ ਇਹ ਕਕਾਰਾਂ ਦੀ ਸਮਝ ਨਹੀਂ ਆ ਇਸ ਦਸਤਾਰ ਦੀ ਅਹਿਮੀਅਤ ਸ਼ਾਇਦ ਸਮਝ ਨਹੀਂ ਆ ਰਹੀ ਕਿਉਂਕਿ ਜਿਹੋ ਜਿਹੀ ਗੱਲ ਤੁਸੀਂ ਕਰ ਰਹੇ ਹੋ ਆਈ ਟੋਟਲੀ ਕੰਡੈਮ ਇਟ ਔਰ ਮੈਂ ਸਮਝਦਾ ਕਿ ਇਹ ਬਿਆਨ ਉਹਨਾਂ ਨੂੰ ਵਾਪਸ ਲੈਣਾ ਚਾਹੀਦਾ ਯੂ ਸ਼ੁੱਡ ਅਪੋਲੋਜਾਈਜ਼ ਕਿਉਂਕਿ ਨਾਂ ਜਿਨ੍ਹਾਂ ਨੇ ਲਿਆ ਉਹ ਪੀੜਤਾਂ ਨੇ ਲਿਆ ਕਿਸੇ ਹੋਰ ਨੇ ਨਹੀਂ ਲਿਆ ਇਹਨਾਂ ਸਾਰਿਆਂ ਦਾ ਸੋ ਜਸਟ ਬਿਕੋਜ਼ ਆਪਦੀ ਇਲੈਕਸ਼ਨ ਕਰਕੇ ਇਹੋ ਜਿਹਾ ਬਿਆਨ ਦੇਣਾ ਮੈਂ ਇਸ ਨੂੰ ਆਈ ਕੰਡੈਮ ਇਟ ਇਨ ਦਾ ਸਟਰੋਂਗੈਸਟ ਵਰਡਸ ਪੋਸੀਬਲ